ਆਰਟੀਸੀ ਦੀ ਬੱਸ ਦਾ ਕਹਿਰ ਉਸ ਵੇਲੇ ਵੇਖਣ ਨੂੰ ਮਿਲਿਆ ਜਦੋਂ ਇਸ ਬੱਸ ਨੇ ਤਿੰਨ ਬੱਚਿਆਂ ਦੇ ਸਿਰ ਤੋਂ ਉਹਨਾਂ ਦੀ ਮਾਂ ਦਾ ਸਾਇਆ ਖੋਲਿਆ ਤੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਬੱਸ ਚਾਲਕ ਤੇ ਕੰਡਕਟਰ ਮੌਕੇ ਤੋਂ ਫਰਾਰ ਹੋ ਗਏ। ਜਾਣਕਾਰੀ ਮੁਤਾਬਿਕ ਪਿੰਡ ਲੱਖਾਂ ਮੁਸਾਹਬ ਤੋਂ ਇੱਕ ਪਤੀ ਪਤਨੀ ਜਲਾਲਾਬਾਦ 'ਚ ਇੱਕ ਪ੍ਰੋਗਰਾਮ ਦੇ ਵਿੱਚ ਜਾ ਰਹੇ ਸਨ ਜਦ ਉਹ ਐਕਟਿਵਾ ਤੇ ਪਿੰਡ ਲਮੋਚੜ ਨਜ਼ਦੀਕ ਪਹੁੰਚੇ ਤਾਂ ਪਿੱਛੇ ਤੋਂ ਆ ਰਹੀ ਪੰਜਾਬ ਰੋਡਵੇਜ਼ ਅੰਮ੍ਰਿਤਸਰ ਡਿਪੂ ਦੀ ਬੱਸ ਨੇ ਉਹਨਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਤੇ ਹਾਦਸੇ 'ਚ ਔਰਤ ਦੀ ਮੌਤ ਹੋ ਗਈ ਜਦਕਿ ਉਸਦਾ ਪਤੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਅਤੇ ਉਸਦੀ ਲੱਤ ਵੀ ਟੁੱਟ ਗਈ। ਜਿਸ ਤੋਂ ਬਾਅਦ ਉਸ ਨੂੰ ਇਲਾਜ ਦੇ ਲਈ ਜਲਾਲਾਬਾਦ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਉਧਰ ਔਰਤ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਫਿਲਹਾਲ ਫਿਰੋਜ਼ਪੁਰ ਫਾਜ਼ਿਲਕਾ ਹਾਈਵੇ ਪਿੰਡ ਲਮੋਚੜ ਦੇ ਨਜ਼ਦੀਕ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਦੇ ਵਿੱਚ ਇਸ ਮਹਿਲਾ ਦੀ ਮੌਤ ਹੋਈ ਹੈ। ਟੱਕਰ ਮਾਰਨ ਤੋਂ ਬਾਅਦ ਰੋਡਵੇਜ਼ ਦੀ ਬੱਸ ਦੇ ਚਾਲਕ ਅਤੇ ਕੰਡਕਟਰ ਮੌਕੇ ਤੋਂ ਫਰਾਰ ਦੱਸੇ ਜਾ ਰਹੇ ਨੇ। ਫਿਲਹਾਲ ਪੁਲਿਸ ਦੇ ਵੱਲੋਂ ਬੱਸ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਐਕਸੀਡੈਂਟ ਹੋਇਆ ਸੀ ਮਗਰ ਬੱਸ ਨੇ ਫੇਟ ਮਾਰੀ ਹੈ। ਓਵਰ ਸਪੀਡ ਬੱਸ ਸੀ, ਪਤਾ ਨਹੀਂ ਲੱਗਿਆ ਸਾਨੂੰ ਜਦੋਂ ਮੈਂ ਤਾਂ ਬਾਅਦ ਵਿੱਚ ਪਤਾ ਲੱਗਿਆ ਵੀ ਮੇਰੇ ਘਰ ਦੀ ਡੈਥ ਹੋ ਗਈ ਤਾਂ ਮੈਂ ਉੱਠਿਆ, ਮੌਕੇ 'ਤੇ ਡੈਥ ਹੋ ਗਈ ਸੀ। ਅਸੀਂ ਲੱਖਮ ਸਾਹਿਬ ਤੋਂ ਆ ਰਹੇ ਸੀ ਅਤੇ ਜਲਾਲਾਬਾਦ ਆ ਰਹੇ ਸੀ, ਬੱਸ ਫਾਜ਼ਿਲਕਾ ਤੋਂ ਆ ਰਹੀ ਸੀ। ਨਹੀਂ ਅਸੀਂ ਪਿੰਡ ਲੱਖਮ ਸਾਹਿਬ ਤੋਂ ਆ ਰਹੇ ਸੀ ਅਤੇ ਜਲਾਲਾਬਾਦ ਜਾ ਰਹੇ ਸੀ। ਓਵਰ ਸਪੀਡ ਬੱਸ ਸੀ, ਪਿੱਛੋਂ ਟੱਕਰ ਮਾਰੀ ਹੈ। ਬੱਸ ਦਾ ਇੱਕ ਪਾਸਾ ਜਿਹੜਾ ਇਸ ਕਨੈਕਟਰ ਸਾਈਡ ਦਾ ਸਾਰਾ ਬਹਿ ਗਿਆ, ਐਕਟਿਵੇ ਸਾਈਡ ਟੁੱਟ ਗਈ, ਇੰਨੀ ਜ਼ੋਰ ਦੀ ਵੱਜੀ, ਇੰਨੀ ਜਾਣੀ ਕਿ ਉਹਨਾਂ ਸਪੀਡ 'ਚ ਸੀ ਬੱਸ। ਅਸੀਂ ਦੋ ਜਣੇ ਸੀ, ਮੇਰੀ ਮਿਸਿਜ਼ ਸੀਮਾ ਰਾਣੀ, ਉਹਨਾਂ ਦੀ ਮੌਕੇ 'ਤੇ ਡੈਥ ਹੋ ਗਈ, ਤਿੰਨ ਬੱਚੇ ਨੇ। ਨਹੀਂ ਉਹ ਆਂਢ ਗੁਆਂਢ ਜਿਹੜੇ ਉੱਥੇ ਹੈਗੇ ਸੀ ਉਹਨਾਂ ਫਿਰ ਚੱਕਿਆ ਚੁੱਕਿਆ, ਇਹ ਤਾਂ ਪਤਾ ਨਹੀਂ ਲੱਗਿਆ ਵੀ ਕਿੰਨੇ ਚੱਕਿਆ ਕਿਵੇਂ ਆ ਕੀ, ਮੈਨੂੰ ਤਾਂ ਕੋਈ ਪਛਾਣ ਹੀ ਕਰਨੀ ਕਿਉਂਕਿ ਮੈਂ ਤਾਂ ਗੁੰਮ ਸੁੰਮ ਸੀ ਵੀ ਹੋ ਕੀ ਗਿਆ। ਨਹੀਂ ਮੈਨੂੰ ਇੰਨਾ ਹੀ ਨਹੀਂ ਪਤਾ ਬੱਸ ਵਾਲਾ ਫਰਾਰ ਹੋਇਆ ਕਿ ਨਹੀਂ ਹੋਇਆ, ਬੱਸ ਦਾ ਕਨੈਕਟਰ ਕੌਣ ਹੈ, ਡਰਾਈਵਰ ਕੌਣ ਹੈ, ਮੈਨੂੰ ਨਹੀਂ ਪਤਾ। ਮੇਰਾ ਨਾਮ ਸੁਰਿੰਦਰ ਸਿੰਘ, ਮਿਹਨਤ ਮਜ਼ਦੂਰੀ ਕਰੀਦਾ ਜੀ। ਜਲਾਲਾਬਾਦ ਆਉਂਦੇ ਪਏ ਸੀ, ਮੇਰੀ ਗੁੱਡੀ ਆ ਉਹਨਾਂ ਪਾਠ ਕਰਾਉਣਾ ਸੀ ਅਤੇ ਦੋਵੇਂ ਜੀ ਆਉਂਦੇ ਪਏ ਸੀ ਅਤੇ ਪਿੱਛੋਂ ਬੱਸ ਵੱਜੀ ਲਮੋਚੜ ਸੁਖੇਰੇ ਦੇ ਵਿੱਚ ਆ ਗਏ। ਇਹ ਆਪਦੇ ਹੱਥ ਹੀ ਆਉਂਦੇ ਪਏ ਸੀ, ਪਿੱਛੋਂ ਵੱਜ ਗਈ ਪੱਟੀ ਦੇ ਵਿੱਚ ਹੀ ਸਿੱਧੀ ਵੱਜੀ ਰੋਡਵੇਜ਼ ਦੀ ਬੱਸ, ਅਤੇ ਜਲਾਲਾਬਾਦ ਆਉਂਦੇ ਪਏ ਸੀ, ਜਲਾਲਾਬਾਦ ਪਿੱਛੋਂ ਬੱਸ ਵੱਜੀ, ਉੱਤੇ ਤਾਂ ਕੋਈ ਬੰਦਾ ਨਹੀਂ ਸੀ, ਬੱਸ ਖੜ੍ਹੀ ਹੈ, ਪੁਲਿਸ ਵਾਲੇ ਖੜ੍ਹੇ ਦੋ ਤਿੰਨ ਦਿਨ, ਹੁਣ ਮ੍ਰਿਤਿਯੂ ਗੋਸ਼ਤ ਕਰਤੀ ਕੁੜੀ ਨੂੰ, ਤਾਂ ਮੇਰੀ ਨੂੰਹ ਹੈ 32-34 ਸਾਲ, ਹਾਂ ਤਿੰਨ ਬੱਚੇ, ਦੋ ਕੁੜੀਆਂ ਇੱਕ ਮੁੰਡਾ, ਹਾਂ ਉਹਦੀ ਲੱਤਾਂ ਟੁੱਟ ਗਈਆਂ। ਇਹ ਜੀ ਸੁਰਿੰਦਰ ਸਿੰਘ ਆਪਣੀ ਪਤਨੀ ਸੀਮਾ ਦੇ ਨਾਲ ਆਪਣੇ ਪਿੰਡ ਲੱਖਾ ਕੇਵਲ ਸਾਹਿਬ ਤੋਂ ਜਲਾਲਾਬਾਦ ਨੂੰ ਆ ਰਹੇ ਸੀ। ਜਦੋਂ ਇਹ ਲਮੋਚੜ ਕਲਾਂ ਨੂੰ ਪੁੱਜੇ ਤਾਂ ਪਿੱਛੋਂ ਦੀ ਲਿਆ ਕੇ ਅੰਮ੍ਰਿਤਸਰ ਰੋਡਵੇਜ਼ ਦੀ ਬੱਸ ਦੇ ਡਰਾਈਵਰ ਨੇ ਲਾਪਰਵਾਹੀ ਨਾਲ ਬੱਸ ਚਲਾ ਕੇ ਲਿਆ ਕੇ ਪਿੱਛੋਂ ਦੀ ਵਿੱਚ ਮਾਰੀ, ਜਿਹਦੇ ਨਾਲ ਸੀਮਾ ਰਾਣੀ ਦੀ ਸੁਰਿੰਦਰ ਸਿੰਘ ਦੇ ਕਾਫੀ ਚੱਕਾ ਲੱਗੀਆਂ ਨੇ ਜੋ ਇਲਾਜ ਨਹੀਂ ਚੱਲ ਰਹੇ, ਡਰਾਈਵਰ ਖਰਾਬ ਹੋ ਗਏ। ਹਾਂ ਬਸ ਉੱਥੇ ਚਾਬੀ ਲੈਣੀ ਸੀ, ਉਸ ਵਿੱਚੋਂ ਕੱਢ ਲਈ ਸੀ। ਹਾਂਜੀ ਲਾਪਰਵਾਹੀ ਸਪੀਡ ਤਾਂ ਹੁੰਦੀ ਹੁੰਦੀ ਹੈ, ਲਾਪਰਵਾਹੀ ਨਹੀਂ ਹੋਵੇਗੀ ਤਾਂ ਸਪੀਡ ਤਾਂ ਫਿਰ ਨਹੀਂ ਕਰਨੀ। ਐਫ ਆਈ ਆਰ ਦਰਜ ਕਰਦੇ ਜਾ ਰਹੀ।